ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਪਲਸ ਵੌਇਸ ਟੀਵੀ ਦੇ ਉੱਤੇ। ਦੋਸਤੋ ਅੱਜ ਤੁਸੀਂ ਜਿਨ੍ਹਾਂ ਨਾਲ ਮੁਲਾਕਾਤ ਕਰੋਗੇ ਇਸ ਵੀਡੀਓ ਦੇ ਵਿੱਚ, ਉਹ ਨੇ ਬੀਬੀ ਡਾਕਟਰ ਇੰਦਰਜੀਤ ਕੌਰ, ਜਿਹੜੇ ਕਿ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੇ ਇਸ ਵਕਤ ਸਰਪ੍ਰਸਤ ਨੇ ਅਤੇ ਉਹਦੀ ਦੇਖ ਰੇਖ ਕਰ ਰਹੇ ਨੇ। ਇਹ ਉਹ ਟਰੱਸਟ ਹੈ ਜਿਸ ਨੂੰ ਭਗਤ ਪੂਰਨ ਸਿੰਘ ਜੀ ਨੇ ਬਣਾਇਆ ਅਤੇ ਆਪਣੇ ਹੱਥੀਂ ਇਸ ਨੂੰ ਸਿੰਚਿਆ। ਅੱਜ ਉਸੇ ਤਰ੍ਹਾਂ ਦੀ ਹੀ ਸੇਵਾ ਬੀਬੀ ਡਾਕਟਰ ਇੰਦਰਜੀਤ ਕੌਰ ਕਰ ਰਹੇ ਨੇ ਅਤੇ ਆਪਣੀ ਜ਼ਿੰਦਗੀ ਉਹਨਾਂ ਨੇ ਇਸ ਟਰੱਸਟ ਨੂੰ ਅਤੇ ਆਮ ਲੋਕਾਈ ਨੂੰ ਸਮਰਪਿਤ ਕਰ ਦਿੱਤੀ ਹੈ। ਆਓ ਕਰਦੇ ਮੁਲਾਕਾਤ। ਉਸ ਤੋਂ ਕਹਿੰਦੇ ਨੇ ਦੁਨੀਆ 'ਚ ਸਭ ਤੋਂ ਔਖਾ ਕੰਮ ਕੀ ਹੈ? ਸਭ ਤੋਂ ਔਖਾ ਕੰਮ ਹੈ ਆਪਣੇ ਮਨ ਨੂੰ ਮਾਰ ਲੈਣਾ। ਮਨ ਨੂੰ ਮਾਰਨ ਤੋਂ ਮੇਰਾ ਭਾਵ ਇਹ ਹੈ ਕਿ ਜਿਹੜੀਆਂ ਸਾਡੀਆਂ ਤਮੰਨਾਵਾਂ, ਜਿਹੜੀ ਅਸੀਂ ਮਟਰਲਿਸਟਿਕ ਲਾਈਫ ਦੇ ਪਿੱਛੇ ਭੱਜਦੇ ਹਾਂ, ਉਹਨੂੰ ਤਿਆਗ ਦੇਣਾ। ਇੱਕ ਸੰਤ ਦੀ ਜ਼ਿੰਦਗੀ ਜੀਣਾ ਬਹੁਤ ਔਖਾ ਹੈ। ਅੱਜ ਤੁਹਾਨੂੰ ਆਪਾਂ ਉਸੇ ਤਰ੍ਹਾਂ ਦੇ ਇੱਕ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਇਸ ਵਕਤ ਜਿੱਥੇ ਮੈਂ ਖੜ੍ਹਾਂ, ਇਹ ਪਿੰਡ ਮਾਨਾਵਾਲੇ ਦੀ ਜਗ੍ਹਾ ਹੈ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ। ਅੰਮ੍ਰਿਤਸਰ ਤੋਂ ਜਿਹੜਾ ਤਕਰੀਬਨ 10 ਕਿਲੋਮੀਟਰ ਪਹਿਲਾਂ ਤੁਸੀਂ ਕਹਿ ਲਓ, ਉੱਥੇ ਇਹ ਜਗ੍ਹਾ ਬਣੀ ਹੋਈ ਹੈ। ਇਹ ਜਗ੍ਹਾ ਹੈ ਪਿੰਗਲਵਾੜਾ ਦੀ ਮਾਨਾਵਾਲੀ ਬ੍ਰਾਂਚ। ਇਹ ਜਿਹੜੀ ਪਿੰਗਲਵਾੜਾ ਦੀ ਮਾਨਾਵਾਲੀ ਬ੍ਰਾਂਚ ਹੈ, ਇਹ ਉਹਦਾ ਐਕਸਟੈਂਡਡ ਵਰਜ਼ਨ ਹੈ, ਜਿਹੜੀ ਕਿ ਤੁਸੀਂ ਬੱਸ ਸਟੈਂਡ ਅੰਮ੍ਰਿਤਸਰ ਦੇ ਸਾਹਮਣੇ ਜਿਹੜੇ ਦੇਖਦੇ ਹੋ, ਪਿੰਗਲਵਾੜਾ ਆਸ਼ਰਮ ਜਿਹੜਾ ਭਗਤ ਪੂਰਨ ਸਿੰਘ ਜੀ ਨੇ ਸ਼ੁਰੂ ਕੀਤਾ। ਅਤੇ ਅੱਜ ਦੁਨੀਆ ਦੇ ਵਿੱਚ ਜੇ ਕੋਈ ਮੈਂ ਚੁਣਿੰਦਾ ਪੋਟਿਆਂ 'ਤੇ ਗਿਣਾ ਉਹ ਸੰਸਥਾਨ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਨੇ, ਤਾਂ ਉਹਨਾਂ ਦੇ ਵਿੱਚੋਂ ਇਹ ਦੁਨੀਆ ਦੇ ਉਹਨਾਂ ਬਿਹਤਰੀਨ ਇੰਸਟੀਟਿਊਸ਼ਨਸ ਦੇ ਵਿੱਚੋਂ ਹੋਊਗਾ, ਜਿੱਥੋਂ ਨਿਆਸਰਿਆਂ ਨੂੰ ਆਸਰਾ, ਭੁੱਖੇ ਨੂੰ ਰੋਟੀ, ਅਤੇ ਉਹ ਤਰ੍ਹਾਂ ਦੇ ਬੱਚੇ ਜੋ ਮਾਨਸਿਕ ਰੋਗੀ ਨੇ ਜਾਂ ਸਰੀਰਕ ਬਿਮਾਰੀ ਹੈ ਜਾਂ ਬਜ਼ੁਰਗ ਕਿਸੇ ਵੀ ਉਮਰ ਦੇ, ਉਹਨਾਂ ਦਾ ਇੱਥੇ ਇਲਾਜ ਹੁੰਦਾ, ਉਹਨਾਂ ਦੀ ਦੇਖਭਾਲ ਹੁੰਦੀ ਹੈ। ਸੋ ਇਸ ਵਕਤ ਜਿਹੜੇ ਇਸ ਸੰਸਥਾ ਦੇ ਪ੍ਰਮੁੱਖ ਨੇ, ਪਰ ਉਹ ਆਪਣੇ ਆਪ ਨੂੰ ਤਾਂ ਪ੍ਰਮੁੱਖ ਨਾ ਮੰਨਦੇ ਹੋਏ ਇਸ ਸੰਸਥਾ ਦਾ ਸੇਵਾਦਾਰ ਮੰਨਦੇ ਨੇ, ਡਾਕਟਰ ਇੰਦਰਜੀਤ ਕੌਰ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਉਹਨਾਂ ਦਾ ਸਾਨੂੰ ਅਸੀਂ ਇੱਥੇ ਦਾ ਸਾਰਾ ਲਾਈਫ ਸਟਾਈਲ ਦਿਖਾਉਂਦੇ ਕਿ ਉਹ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜਿਹੜੇ ਹੈਗੇ ਜਿਉਂਦੇ ਨੇ, ਸਵੇਰੇ ਉੱਠਦੇ ਨੇ, ਕੀ ਕਰਦੇ ਨੇ, ਕੀ ਦਿਨਚਰਿਆ ਹੁੰਦੀ ਹੈ, ਕਿਸ ਤਰ੍ਹਾਂ ਇੱਥੇ ਵਿਚਰਦੇ ਨੇ ਲੋਕਾਂ ਨਾਲ। ਸੋ ਆਓ ਪਹੁੰਚਦੇ ਹਾਂ ਉਹਨਾਂ ਦੇ ਘਰ। ਤਕਰੀਬਨ 6 ਵੱਜ ਚੁੱਕੇ ਨੇ ਸਵੇਰ ਦੇ। ਸੋ ਉਹਨਾਂ ਦੀ ਰਿਹਾਇਸ਼ ਮਾਨਾਵਾਲਾ ਵਿੱਚ ਹੀ ਰਹਿੰਦੇ ਨੇ ਉਹ, ਜਿੱਥੇ ਇੱਥੇ ਪਿੰਗਲਵਾੜਾ ਦਾ ਜਿਹੜਾ ਆਸ਼ਰਮ ਹੈ ਉਹਨਾਂ ਦੇ ਘਰ ਚੱਲਦੇ ਹਾਂ। ਦੋਸਤੋ ਬੀਬੀ ਜੀ ਸਭ ਤੋਂ ਪਹਿਲਾਂ ਸਵੇਰੇ ਸੈਰ ਕਰਨ ਜਾਂਦੇ ਨੇ ਅਤੇ ਆਸ਼ਰਮ ਦੇ ਵਿੱਚ ਅਲੱਗ ਅਲੱਗ ਜਗ੍ਹਾਵਾਂ 'ਤੇ ਆਪ ਖੁਦ ਵਿਜ਼ਿਟ ਕਰਕੇ ਆਉਂਦੇ ਨੇ, ਦੇਖ ਕੇ ਆਉਂਦੇ ਨੇ ਕਿ ਆਸ਼ਰਮ ਦੇ ਵਿੱਚ ਸਾਰੀ ਚੀਜ਼ਾਂ ਕਿਸ ਤਰ੍ਹਾਂ ਚੱਲ ਰਹੀਆਂ ਨੇ। ਫਿਰ ਉਹ ਚਾਹੇ ਮਾਨਸਿਕ ਰੋਗੀਆਂ ਦਾ ਵਾਰਡ ਹੋਵੇ, ਚਾਹੇ ਬੱਚਿਆਂ ਦਾ ਵਾਰਡ ਹੋਵੇ, ਚਾਹੇ ਬਜ਼ੁਰਗ ਹੋਣ, ਸਭ ਨੂੰ ਉਹ ਆਪ ਮਿਲਦੇ ਨੇ। ਸੋ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਜਿਹੜੇ ਹੈ ਨੇ, ਉਹਨਾਂ ਦਾ ਜਨਮ 25 ਜਨਵਰੀ 1942 ਨੂੰ ਸੰਗਰੂਰ ਸ਼ਹਿਰ 'ਚ ਹੋਇਆ। ਉਹਨਾਂ ਦੇ ਮਾਤਾ ਜੀ ਦਾ ਨਾਮ ਰਣਜੀਤ ਕੌਰ ਅਤੇ ਪਿਤਾ ਜੀ ਦਾ ਨਾਮ ਹਰਬੰਸ ਸਿੰਘ ਸੀ, ਜੋ ਪੇਸ਼ੇ ਵਜੋਂ ਡਾਕਟਰ ਸਨ। ਇਹ ਗੁਰਮੁਖ ਪਰਿਵਾਰ ਸੀ ਅਤੇ ਲੋੜਵੰਦਾਂ ਦੀ ਮਦਦ ਕਰਨ 'ਚ ਸਭ ਤੋਂ ਮੂਹਰੇ ਸੀ। ਅਤੇ ਪਾਕਿਸਤਾਨ ਤੋਂ ਲੋਕ ਉੱਜੜ ਕੇ ਭਾਰਤੀ ਵੰਡ ਵੇਲੇ ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਦੇ ਪਿਤਾ ਨੇ ਬਹੁਤ ਸਾਰੇ ਲੋਕਾਂ ਨੂੰ ਸੰਭਾਲਿਆ। ਸੋ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵਿਰਸੇ ਦੇ ਵਿੱਚ ਹੀ ਜਿਹੜੀ ਸੇਵਾ ਭਾਵਨਾ ਮਿਲੀ ਸੀ। ਸੋ 1959 ਦੇ ਵਿੱਚ ਉਹਨਾਂ ਨੇ FSC ਮੈਡੀਕਲ ਕੀਤੀ ਅਤੇ 1967 ਦੇ ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ MBBS ਪਾਸ ਕੀਤੀ। ਡਾਕਟਰੀ ਪਾਸ ਕਰਨ ਤੋਂ ਬਾਅਦ ਬੀਬੀ ਜੀ ਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਕੁਝ ਸਮਾਂ ਉਹਨਾਂ ਨੇ ਸਰਕਾਰੀ ਨੌਕਰੀ ਕੀਤੀ ਅਤੇ 1969 ਦੇ ਵਿੱਚ ਪਹਿਲੀ ਵਾਰ ਭਗਤ ਪੂਰਨ ਸਿੰਘ ਜੀ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਉੱਥੋਂ ਹੀ ਉਹਨਾਂ ਦੀ ਸ਼ਖਸੀਅਤ 'ਤੇ ਇੰਨਾ ਵੱਡਾ ਪ੍ਰਭਾਵ ਪੈਂਦਾ ਕਿ ਉਹ ਤਾਂ ਉਮਰ ਲਈ ਉਹਨਾਂ ਦੇ ਨਾਲ ਜੁੜ ਜਾਂਦੇ ਨੇ। ਵਿੱਚ ਜ਼ਿੰਦਗੀ ਦੇ ਕੁਝ ਉਤਰਾਅ ਚੜ੍ਹਾਅ ਆਉਂਦੇ ਨੇ, ਜਿੱਥੇ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ, ਉਹ ਸਰਕਾਰੀ ਨੌਕਰੀ ਵੀ ਛੱਡਦੇ ਨੇ, ਪ੍ਰਾਈਵੇਟ ਨਰਸਿੰਗ ਹੋਮ ਵੀ ਸ਼ੁਰੂ ਕਰਦੇ ਨੇ, ਆਪਣੇ 8 ਭੈਣ ਭਰਾਵਾਂ ਨੂੰ ਵੀ ਪੜ੍ਹਾਉਂਦੇ ਨੇ, ਉਹਨਾਂ ਦੇ ਵਿਆਹ ਕਰਦੇ ਨੇ। ਸੋ ਉਹ ਸੰਸਾਰਕ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਵੀ ਨਿਭਾਉਂਦੇ ਨੇ। ਅਤੇ 1992 ਦੇ ਵਿੱਚ ਜਦੋਂ ਭਗਤ ਪੂਰਨ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ, ਉਸ ਵਕਤ ਤੋਂ ਪਰਮਾਨੈਂਟਲੀ ਬੀਬੀ ਇੰਦਰਜੀਤ ਕੌਰ ਜੀ ਇਸ ਸੰਸਥਾ ਦੀ ਦੇਖ ਰੇਖ ਕਰ ਰਹੇ ਨੇ ਅਤੇ ਬਾਖੂਬੀ ਦੇ ਨਾਲ ਉਸਨੂੰ ਚਲਾ ਰਹੇ ਨੇ।
ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਬ੍ਰਾਂਚਿਸ ਵੀ ਉਹਨਾਂ ਨੇ ਖੋਲ੍ਹੀਆਂ ਨੇ ਅਤੇ ਤਕਰੀਬਨ 6 ਲੱਖ ਦਾ ਖਰਚਾ ਇੱਕ ਦਿਨ ਦਾ ਇਸ ਟਰੱਸਟ ਦਾ ਹੈ ਅਤੇ ਉਹ ਉਸ ਨੂੰ ਆਪਣੇ ਢੰਗ ਦੇ ਨਾਲ ਮੈਨੇਜ ਕਰ ਰਹੇ ਨੇ ਅਤੇ ਆਓ ਹੁਣ ਦੇਖਦੇ ਹਾਂ ਬੀਬੀ ਜੀ ਦੀ ਬਾਕੀ ਦਿਨਚਰਿਆ ਆਓ ਉਹਨਾਂ ਨਾਲ ਚੱਲ ਦੋਸਤੋ ਜਿਵੇਂ ਤੁਸੀਂ ਦੇਖਿਆ ਕਿ ਬੀਬੀ ਜੀ ਦੀ ਸਵੇਰ ਦਿਨਚਰਿਆ ਜਿਵੇਂ ਸ਼ੁਰੂ ਹੁੰਦੀ ਹੈ ਸੈਰ ਤੋਂ ਉਸ ਤੋਂ ਬਾਅਦ ਤੁਸੀਂ ਸਾਰਾ ਦੇਖਿਆ ਕਿਵੇਂ ਆਪ ਚਾਹ ਬਣਾਉਂਦੇ ਨੇ ਜਿਵੇਂ ਕੋਈ ਗੈਸਟ ਆਉਂਦਾ ਤਾਂ ਉਹਨਾਂ ਨੂੰ ਵੀ ਉਹ ਜਿਵੇਂ ਸਾਨੂੰ ਅੱਜ ਜਿਹੜੇ ਹੈਗੇ ਸ਼ੱਕਰ ਵਾਲੀ ਚਾਹ ਪੀਣ ਨੂੰ ਮਿਲੀ ਸੋ ਉਸੇ ਤਰ੍ਹਾਂ ਹੁਣ ਜਿਹੜਾ ਹੈਗਾ ਸਮਾਜ ਦੇ ਵਿੱਚ ਜਦੋਂ ਵਿਚਰਨਾ ਸ਼ੁਰੂ ਕਰਦੇ ਨੇ ਸੰਸਥਾ ਤੋਂ ਬਾਹਰ ਸਮਾਜ ਦੇ ਜਿਹੜੇ ਹੋਰ ਪ੍ਰੋਗਰਾਮ ਨੇ ਜਿੱਥੇ ਜਾਣਾ ਪੈਂਦਾ ਅੱਜ ਅਸੀਂ ਨਾਲ ਜਾ ਰਹੇ ਹਾਂ ਬੀਬੀ ਜੀ ਦੇ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਕਿ ਕਿਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਆਮ ਤੌਰ 'ਤੇ ਜਾਂਦੇ ਨੇ ਸੋ ਬੀਬੀ ਜੀ ਅੱਜ ਤਾਂ ਆਪਾਂ ਚੱਲੇ ਹਾਂ ਜਿਹੜੇ JNU ਵੇਰਕਾ ਕਾਲਜ ਇਸ ਤੋਂ ਇਲਾਵਾ ਹੋਰ ਜਿਵੇਂ ਕੀ ਪ੍ਰੋਗਰਾਮ ਹੁੰਦੇ ਨੇ ਆਮ ਤੌਰ 'ਤੇ ਜਿਵੇਂ ਤੁਹਾਨੂੰ ਸੱਦੇ ਆਉਂਦੇ ਨੇ ਸਮਾਜ ਦੇ ਵੱਖਰੇ ਵੱਖਰੇ ਤਬਕਿਆਂ ਤੋਂ ਵੱਖਰੇ ਵੱਖਰੇ ਹਿੱਸਿਆਂ ਤੋਂ ਸਮਾਜ ਦੇ ਮਤਲਬ ਜ਼ਿਆਦਾ ਤਾਂ ਮੈਂ ਰਾਏਕੋਟ ਵੀ ਗਈ ਸੀ ਹੁਣ ਪਿੱਛੇ ਜੇ ਉਹਨਾਂ ਨੇ ਵੀ ਆਪਣਾ ਜਿਹੜੇ ਆਪਣੇ ਸਿੱਖ ਸ਼ਹੀਦ ਹੋਏ ਨੇ ਉਹਨਾਂ ਦੇ ਉੱਤੇ ਕੋਈ ਸੈਮੀਨਾਰ ਰੱਖਿਆ ਸੀਗਾ ਉਹਦੇ ਨਾਲ ਉਹਨਾਂ ਦੇ ਵਿਦਵਾਨ ਹੋਰ ਵੀ ਸੀਗੇ ਯੂਨੀਵਰਸਿਟੀ 'ਚੋਂ ਅਤੇ ਉਹਨਾਂ ਦਾ ਤਾਂ ਖੈਰ ਸਬਜੈਕਟ ਸੀ ਇਹ ਅਤੇ ਆਪਣੇ ਹਿਸਾਬ ਨਾਲ ਉਹਨਾਂ ਨੇ ਵਧੀਆ ਕੀਤਾ ਅਤੇ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਤੁਹਾਡੀ ਯੂਟਿਊਬ 'ਤੇ ਬੜੀਆਂ ਇੰਟਰਵਿਊ ਸੁਣੀਆਂ ਹੋਈਆਂ ਸੀ ਤੁਹਾਨੂੰ ਤਾਂ ਬੁਲਾਇਆ ਹੈਗਾ ਅਤੇ ਇਸ ਤਰ੍ਹਾਂ ਜਿਹੜੇ ਮਤਲਬ ਵਿਸ਼ੇ ਕੰਸਰਨ ਹੁੰਦੇ ਹੈ ਇਨਸਾਨੀਅਤ ਦੇ ਨਾਲ ਜ਼ਿਆਦਾਤਰ ਉੱਥੇ ਅਤੇ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਉੱਦਾਂ ਵੀ ਸਕੂਲਾਂ ਕਾਲਜਾਂ ਜਾ ਕੇ ਮੈਨੂੰ ਜ਼ਿਆਦਾ ਅੱਛਾ ਲੱਗਦਾ ਕਿ ਬੱਚਿਆਂ ਨੂੰ ਸੇਧ ਦੇਣੀ ਜੋ ਭਗਤ ਜੀ ਕੋਲੋਂ ਸਿੱਖਿਆ ਭਗਤ ਪੂਰਨ ਸਿੰਘ ਜੀ ਕੋਲੋਂ ਅਗਾਂਹ ਬੱਚਿਆਂ ਨੂੰ ਉਹ ਜਿਹੜੀ ਹੈ ਦੱਸਣਾ ਕਿੱਦਾਂ ਦਾ ਜੀਵਨ ਹੋਣਾ ਚਾਹੀਦਾ ਸਾਡਾ ਬਾਕੀ ਵੀ ਜਿਹੜੇ ਮਰੀਜ਼ ਵੀ ਦੇਖਦੀ ਹਾਂ ਮੈਂ ਰੋਜ਼ ਅੱਛਾ ਇੱਥੇ ਤੁਸੀਂ ਆਪ ਵੀ ਦੇਖਦੇ ਹੋ ਜਿਹੜੇ ਆਪਣੇ ਸੇਵਾਦਾਰ ਉਹਨਾਂ ਦਾ ਪਰਿਵਾਰ ਉਹ ਵੀ ਮੈਂ ਥੋੜ੍ਹੀ ਦੇਰ ਬੈਠਦੀ ਹਾਂ ਇੱਥੇ ਦਫ਼ਤਰ ਦੇ ਵਿੱਚ ਅਤੇ ਉਹ ਵੀ ਦਵਾਈ ਉਹਨਾਂ ਨੂੰ ਵੀ ਦਵਾਈ ਦੇਣੀ ਹੁੰਦੀ ਬਾਕੀ ਜਿਹੜੇ ਸਾਰੇ ਵਾਰਡ ਨੇ ਇਹਨਾਂ ਨੂੰ ਵੀ ਵਾਰੀ ਵਾਰੀ ਮੈਂ ਤਕਰੀਬਨ ਸਾਰੇ ਪੇਸ਼ੈਂਟ ਮੇਰੀ ਅੱਖਾਂ ਕੋਲ ਨਿਕਲਦੇ ਹੈਗੇ ਅੱਛਾ ਮਤਲਬ ਤੁਸੀਂ ਜਿਹੜਾ ਆਪਣਾ ਜਿਹੜਾ ਮੈਡੀਕਲ ਪ੍ਰੋਫੈਸ਼ਨ ਉਹ ਵੀ ਇੱਥੇ ਨਾਲ ਜਾਰੀ ਰੱਖਿਆ ਹੋਇਆ ਇਹਨਾਂ ਨਾਲ ਕਾਉਂਸਲਿੰਗ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਪਹਿਲਾਂ ਤਾਂ ਜਦੋਂ ਆਉਂਦੇ ਨਾਮ ਹੀ ਨਹੀਂ ਦੱਸ ਸਕਦੇ ਆਪਣਾ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦਾ ਟ੍ਰੀਟਮੈਂਟ ਹੋ ਜਾਂਦਾ ਫਿਰ ਉਸ ਤੋਂ ਬਾਅਦ ਉਹਨਾਂ ਨਾਲ ਜਦੋਂ ਗੱਲਬਾਤ ਕਰੀਦੀ ਹੈ ਫਿਰ ਆਪਣਾ ਐਡਰੈਸ ਦੱਸ ਦਿੰਦੇ ਆ ਉਹਨਾਂ ਨੂੰ ਫਿਰ ਉਹਨਾਂ ਦੇ ਘਰ ਭੇਜੀਦਾ ਤਕਰੀਬਨ 150-200 ਮਰੀਜ਼ ਹਰ ਸਾਲ ਵਾਪਸ ਠੀਕ ਹੋ ਕੇ ਘਰ ਨੂੰ ਚਲੇ ਜਾਂਦੇ ਆ ਇੰਨੇ ਕਿ ਦਾਖਲ ਹੋ ਜਾਂਦੇ ਆ ਹੁਣ 2 ਸਾਲਾਂ ਤੋਂ ਮਤਲਬ ਸਟੇਬਲ ਹੈ ਉਹ ਥੋੜ੍ਹਾ ਜਿਹਾ ਅਸੀਂ ਸਾਡੇ ਕੋਲ ਜਿੰਨੀ ਕੁ ਸਮਰੱਥਾ ਹੈਗੀ ਹੈ ਉਹਨੇ ਕੀ ਦਾਖਲ ਕਰ ਸਕਦੇ ਹਾਂ ਨਾ ਲੋਕ ਤਾਂ ਚਾਹੁੰਦੇ ਆ ਵੀ ਜੇ ਵਰਸਾਂ ਵਾਲੇ ਜ਼ਿਆਦਾ ਚਾਹੁੰਦੇ ਆ ਵੀ ਅਸੀਂ ਮਰੀਜ਼ਾਂ ਆਪਣੇ ਗਲੋਂ ਲਾਹ ਦਈਏ ਆਪਣੇ ਕਰਦਿਆਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਨਾ ਦਿਮਾਗੀ ਤੌਰ 'ਤੇ ਤਵਾਚਨ ਜਿਹੜਾ ਗੁਆ ਚੁੱਕੇ ਮਰੀਜ਼ ਜਾਂ ਜਿਹਨਾਂ ਨੂੰ ਅਸੀਂ ਪਾਗਲ ਕਹਿੰਦੇ ਹਾਂ ਪੰਜਾਬੀ ਦੇ ਵਿੱਚ ਸਕੈਟਰਿਕ ਪੇਸ਼ੈਂਟ ਅਸੀਂ ਮੈਡੀਕਲ ਟਰਮੀਨੋਲੋਜੀ 'ਚ ਕਹਾਂਗੇ ਉਹਨਾਂ ਨੂੰ ਕੋਈ ਵੀ ਨਹੀਂ ਰੱਖਣਾ ਚਾਹੁੰਦਾ ਨਹੀਂ ਮੈਂਟਲ ਹਸਪਤਾਲ ਦੇ ਡਾਕਟਰਸ ਵੀ ਬੜੇ ਔਖੇ ਆ ਇਸ ਗੱਲ ਤੋਂ ਵੀ ਬਾਕੀ ਕੋਈ ਬਿਮਾਰੀ ਨਾਲ ਬਿਮਾਰ ਹੁੰਦਾ ਨਾ ਅਤੇ ਸਾਰੇ ਕਹਿੰਦੇ ਵੀ ਕਦੋਂ ਛੁੱਟੀ ਮਿਲੂਗੀ ਕਦੋਂ ਛੁੱਟੀ ਮਿਲੂਗੀ ਪਰ ਜਿਹੜੇ ਸਾਡੇ ਕੋਲ ਮਰੀਜ਼ ਆਉਂਦੇ ਆ ਉਹਨਾਂ ਨੂੰ ਘਰ ਕੋਈ ਲਿਜਾਣਾ ਹੀ ਨਹੀਂ ਚਾਹੁੰਦਾ ਵਾਪਸ ਇੱਥੇ ਹੀ ਜਾਂਦੇ ਨੇ ਕਿ ਪਿੰਗਲਵਾੜਾ ਹੀ ਰੱਖ ਲਏ ਉਹਨਾਂ ਨੂੰ ਨਹੀਂ ਮਤਲਬ ਮੈਂਟਲ ਹਸਪਤਾਲ 'ਚ ਵੀ ਨਹੀਂ ਵਾਪਸ ਲਿਜਾਂਦੇ ਅੱਛਾ ਜੀ ਹਾਂ ਪਿੰਗਲਵਾੜੇ ਵੀ ਬਹੁਤ ਲੋਕ ਤਾਂ ਬੜੇ ਖੁਸ਼ ਹੁੰਦੇ ਆ ਕੋਈ 22 ਸਾਲ ਬਾਅਦ ਕੋਈ 12 ਸਾਲ ਬਾਅਦ ਘਰ ਜਾਂਦਾ ਕੱਲ੍ਹ ਆਪਾਂ ਦੇਖਿਆ ਸੀ ਜਿਵੇਂ ਤੁਸੀਂ ਦਿਖਾਇਆ ਸੀ ਕੋਈ 25 ਸਾਲ ਤੋਂ ਇੱਥੇ ਉਹ ਤਾਂ ਆਪਾਂ ਹਾਂ ਕੋਈ 25 ਸਾਲ ਬਾਅਦ ਜਾਂਦਾ ਕਈ ਦਾ ਕਈਆਂ ਦੇ ਘਰ ਦੇ ਤਾਂ ਬੜੇ ਖੁਸ਼ ਹੁੰਦੇ ਆ ਮਿਲ ਕੇ ਕਈ ਤਾਂ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਮਰੀਜ਼ ਪਿੰਗਲਵਾੜੇ ਆ ਉਹ ਬੱਚਿਆਂ 'ਚ ਹੀ ਹੁੰਦਾ ਸ਼ਾਮਿਲ ਅਤੇ ਫਿਰ ਜਦੋਂ ਪਤਾ ਲੱਗਦਾ ਉਹਨਾਂ ਨੂੰ ਵੀ ਤਾਂ ਜਿਉਂਦਾ ਸਾਡਾ ਘਰ ਦੇ ਬੰਦਾ ਅਤੇ ਫਿਰ ਬਹੁਤ ਖੁਸ਼ੀ ਹੁੰਦੀ ਆ ਉਹਨਾਂ ਨੂੰ ਪਰ ਜ਼ਿਆਦਾਤਰ ਕੋਸ਼ਿਸ਼ ਇਹ ਹੁੰਦੀ ਹੈ ਲੋਕਾਂ ਦੀ ਵੀ ਜਿਹੜੇ ਨਾ ਦੁਬਾਰਾ ਦਾਖਲ ਹੀ ਕਰ ਲੈਣ ਕਿਉਂਕਿ ਜਦੋਂ ਦਵਾਈ ਨਹੀਂ ਇਹਦੀ ਦਵਾਈ ਪ੍ਰੋਪਰ ਦੇਣੀ ਪੈਂਦੀ ਹੈ ਜਿਹੜਾ ਪੇਸ਼ੈਂਟ ਹੈ ਨਾ ਇਹਨੂੰ ਇਹ ਨਹੀਂ ਕਰ ਸਕਦੇ ਵੀ ਘਰ ਜਾ ਕੇ ਠੀਕ ਹੋ ਗਿਆ ਹੁਣ ਠੀਕ ਹੈ ਆਪੇ ਦਵਾਈ ਖਾ ਲਓ ਆਪੇ ਨਹੀਂ ਇਹ ਦਵਾਈ ਖਾਂਦੇ ਕਿਸੇ ਨਾ ਕਿਸੇ ਨੂੰ ਉਹਨਾਂ ਦੀ ਦਵਾਈ 'ਤੇ ਧਿਆਨ ਦੇਣਾ ਪੈਂਦਾ ਉਹ ਜੋ ਇਹਨਾਂ ਨੂੰ ਕਈ ਵਾਰੀ ਜ਼ਬਰਦਸਤੀ ਵੀ ਖਾਣੀ ਪੈਂਦੀ ਹੈ ਵੀ ਨਹੀਂ ਤੂੰ ਖਾਣੀ ਆ ਦਵਾਈ ਪਰ ਉਹ ਫਿਰ ਜਦੋਂ ਨਹੀਂ ਖਾਂਦੇ ਫਿਰ ਦੁਬਾਰਾ ਅਟੈਕ ਹੋ ਜਾਂਦਾ ਫਿਰ ਉਹ ਫਿਰ ਚਾਹੁੰਦੇ ਨੇ ਪਿੰਗਲਵਾੜੇ ਛੱਡ ਜਾਈਏ ਉਸੇ ਸਿਚੁਏਸ਼ਨ ਦੁਬਾਰਾ ਪਹੁੰਚ ਜਾਂਦੇ ਜਿੱਥੋਂ ਸ਼ੁਰੂਆਤ ਹੁੰਦੀ ਉਹਨਾਂ ਦੀ ਠੀਕ ਹੋਣ ਦੀ ਇਸ ਕਰਕੇ ਫਿਰ ਇਹਦੀਆਂ ਬੜੀਆਂ ਪ੍ਰੋਬਲਮ ਜਾਂ ਮੰਦਬੁੱਧੀ ਦੀ ਬਹੁਤ ਪ੍ਰੋਬਲਮ ਹੈ ਉਹ ਤਾਂ ਆਪਣਾ ਦੱਸ ਹੀ ਨਹੀਂ ਸਕਦੇ ਵੀ ਕਿੱਥੋਂ ਆਏ ਕਿੱਥੋਂ ਨਹੀਂ ਆਏ ਉਹ ਤਾਂ ਫੋਰ ਲਾਈਫ ਲੌਂਗ ਹੀ ਉਹਨਾਂ ਨੇ ਪਿੰਗਲਵਾੜੇ ਰਹਿਣਾ ਤਾਂ ਬਾਕੀ ਜਿਹੜਾ ਮਤਲਬ ਟ੍ਰੀਟਮੈਂਟ ਜਿੰਨਾ ਸੰਸਥਾ ਵਿੱਚ ਹੁੰਦਾ ਇੰਨਾ ਘਰ ਨਹੀਂ ਹੋ ਸਕਦਾ ਸਾਰੇ ਜਦੋਂ ਮੈਂ ਦੇਖਦੀ ਹਾਂ ਤਾਂ ਕਈਆਂ ਦੇ ਕੈਟਰੈਕਟ ਨਿਕਲ ਆਉਂਦਾ ਚਿੱਟਾ ਮੋਤੀਆ ਨਿਕਲ ਆਉਂਦਾ
ਉਹਦਾ ਆਪਰੇਸ਼ਨ ਕਰਾਉਣਾ, ਹੋਰ ਕੋਈ ਥਾਇਰਾਇਡ ਦੀ ਪ੍ਰੋਬਲਮ ਨਿਕਲਦੇ ਆ, ਸ਼ੂਗਰ ਦੇ ਮਰੀਜ਼ ਹੈ, ਉਹਨਾਂ ਨੂੰ ਅਸੀਂ ਸੈਪਰੇਟ ਇੱਕ ਵਾਰਡ 'ਚ ਰੱਖਦੇ ਹਾਂ, ਉੱਧਰ ਦੈਨੀਆਂ ਨੂੰ ਕਹਿੰਦੇ ਨੂੰ ਮਿੱਠਾ ਨਹੀਂ ਦੇਣਾ ਹੈਗਾ, ਇੰਨਾ ਧਿਆਨ ਘਰ 'ਚ ਵੀ ਨਹੀਂ ਦਿੰਦੇ। ਬਿਲਕੁਲ, ਅਸੀਂ ਅੱਜ ਨੋਟ ਕਰ ਰਹੇ ਸੀ, ਦੇਖ ਰਹੇ ਸੀਗੇ ਕਿ ਅਸੀਂ ਜਦੋਂ ਲੰਗਰ 'ਚ ਗਏ ਤਾਂ ਉੱਥੋਂ ਜਿਹੜੇ ਹੈਗੇ ਨੇ ਕੁਛ ਮਾਨਸਿਕ ਜਿਹੜੇ ਰੋਗੀ ਸੀ, ਕੁਛ ਮਾਤਾਵਾਂ, ਉਹ ਜਾ ਰਹੀਆਂ ਸੀ, ਦੇਖ ਰਹੇ ਸੀ ਕਿ ਇਹਨਾਂ ਦੀ ਜ਼ਿੰਦਗੀ ਇੱਥੇ ਵੀ ਸਾਨੂੰ ਤਾਂ ਲੱਗਦਾ ਵੀ ਸ਼ਾਇਦ ਇਹਨਾਂ ਲਈ ਤਾਂ ਇਹ ਸਵਰਗ ਹੀ ਹੋਊਗਾ, ਘਰੇ ਵੀ ਆਪਣਾ ਜਿਹੜੇ ਮਾਨਸਿਕ ਰੋਗੀ ਆ ਉਹਦਾ ਤਾਂ ਇੱਕ ਪ੍ਰਕਾਰ ਹੀ ਨਹੀਂ ਸਕਦੇ, ਬਹੁਤ ਥੋੜ੍ਹੇ ਟਾਈਮ 'ਚ ਬੰਦਾ ਇਰੀਟੇਟ ਹੋ ਜਾਂਦਾ ਕਿ ਦੋ ਦਿਨ ਕਰ ਲਓ, ਮਹੀਨਾ ਕਰ ਲਓ, 15 ਦਿਨ ਕਰ ਲਓ, ਉਸ ਤੋਂ ਬਾਅਦ ਉਹ ਇਰੀਟੇਟ ਹੋ ਜਾਂਦਾ। ਇੱਥੇ ਇੰਨੇ ਲੰਬੇ ਲੰਬਾ ਕਈ ਕਈ ਸਾਲ ਹੱਕ ਕੇ ਗਈਆਂ ਤਾਂ ਇੱਥੇ ਹੋ ਗਏ ਰਹਿੰਦੇ ਹਾਂ, ਤਾਂ ਵੀ ਇਹ ਇੱਥੇ ਕਿੰਨਾ ਕੁ ਹੈਗਾ ਆਪਣਾ ਜਿਹੜਾ ਪਿੰਗਲਵਾੜੇ ਮਾਨਾ ਵਾਲੇ ਦੇ ਵਿੱਚ ਕਿੰਨਾ ਕੁ ਪਰਿਵਾਰ ਹੈ ਇੱਥੇ, ਚਾਹੇ ਪੇਸ਼ੈਂਟਸ ਕਹਿ ਲਓ ਚਾਹੇ ਜਿਹੜੇ ਕੰਮ ਕਰ ਰਹੇ ਨੇ, ਕਿੰਨੇ ਇੱਥੇ ਹੈਗੇ ਸੰਖਿਆ ਦੇ ਵਿੱਚ ਸਾਰੇ ਵਰਕਰ ਵੀ ਵਿੱਚ ਲਾ ਕੇ? ਹਾਂਜੀ ਹਾਂਜੀ, ਫਿਰ ਤਾਂ 1000 ਤੋਂ ਉੱਪਰ ਹੀ 1200 ਹੋਣਾ, 1200 ਬੰਦਾ ਇੱਥੇ। ਗਊਸ਼ਾਲਾ ਵੀ ਹੈ, ਪ੍ਰੈਸ 'ਚ ਵੀ ਕੰਮ ਕਰਦੇ ਆ ਲੋਕ, ਫਿਜ਼ੀਓਥੈਰੇਪੀ 'ਚ ਵੀ ਕੰਮ ਕਰਦੇ ਆ, ਆਰਟੀਫਿਸ਼ਲ ਸੈਂਟਰ 'ਚ ਵੀ ਕੰਮ ਕਰਦੇ ਆ। ਹਾਂਜੀ, ਉਹ ਆਪਾਂ ਦੇਖਿਆ। ਇਸ ਕਰਕੇ ਫਿਰ ਇੰਨੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ 'ਚ ਸਾਰਿਆਂ 'ਚ ਵਰਕਰ ਚਾਹੀਦੇ ਆ, ਪ੍ਰੈਸ 'ਚ ਵੀ ਵਰਕਰ ਚਾਹੀਦੇ ਆ। ਉਹ ਫਿਰ ਚਲੋ ਜੀ, ਆਪਾਂ ਦਰਸ਼ਕਾਂ ਨੂੰ ਚੱਲਦੇ ਹਾਂ ਬੀਬੀ ਜੀ ਦੇ ਨਾਲ, ਅਤੇ ਦੇਖ ਕੇ ਆਉਂਦੇ ਹਾਂ ਜਿਹੜੇ ਸਮਾਗਮ ਦੇ ਵਿੱਚ ਵੀ ਜਾ ਰਹੇ ਨੇ, ਆਪਾਂ ਨਾਲ ਪਹੁੰਚਦੇ ਹਾਂ, ਤੁਹਾਨੂੰ ਉੱਥੇ ਦੀ ਝਲਕੀਆਂ ਵੀ ਦਿਖਾਉਂਗੇ। ਟਾਈਮ ਵੀ ਹੋ ਗਿਆ 11 ਵਜੇ। ਗੁਆਂਢੀਆਂ ਦਾ ਵੀ ਫਿਕਰ ਕਰਦੇ ਸੀ ਅਸੀਂ, ਆਪਣੇ ਪਿੰਡ ਦਾ ਵੀ ਫਿਕਰ ਕਰਦੇ, ਆਪਣੇ ਸ਼ਹਿਰ ਦਾ ਵੀ ਫਿਕਰ ਕਰਦੇ, ਆਪਣੇ ਦੇਸ਼ ਦਾ ਵੀ ਫਿਕਰ ਕਰਦੇ। ਹੁਣ ਜੋ ਇਸ ਵੇਲੇ ਸੋਚ ਚੱਲ ਰਹੀ ਹੈ ਵੀ ਜਿਹੜਾ ਬੰਦਾ ਜਾ ਕੇ ਮੈਦਾਨੇ ਜੰਗ 'ਚ ਲੜਦਾ ਉਹ ਤਾਂ ਬਹੁਤ ਬਹਾਦਰ ਹੈ, ਸ਼ਹੀਦ ਹੈ, ਉਹਨੂੰ ਦੇਸ਼ ਨਾਲ ਬੜਾ ਪਿਆਰ ਆ, ਅਤੇ ਜਿਹੜਾ ਇੱਕ ਵਕਤ ਸਾਰਾ ਦਿਨ ਆਪਣੇ ਦੇਸ਼ ਲਈ ਕੰਮ ਕਰਦਾ ਉਹਨੂੰ ਨੈਸ਼ਨਲਿਜ਼ਮ ਨਹੀਂ, ਅਸੀਂ ਨੈਸ਼ਨਲਿਜ਼ਮ ਦੀ ਸਾਡੀ ਡੈਫੀਨੇਸ਼ਨ ਹੀ ਬਦਲ ਗਈ। ਆਪਣੇ ਦੇਸ਼ ਦਾ ਬਿਜਲੀ ਦਾ ਫਿਕਰ ਕਰਨਾ, ਆਪਣੇ ਦੇਸ਼ ਦਾ ਪਾਣੀ ਦਾ ਫਿਕਰ ਕਰਨਾ, ਆਪਣੇ ਦੇਸ਼ ਦੇ ਇੱਕ ਘਾਹ ਦਾ ਇੱਕ ਤਿਣਕੇ ਦਾ ਫਿਕਰ ਕਰਨਾ, ਇਹ ਹੈ ਨੈਸ਼ਨਲਿਜ਼ਮ। ਮੈਂ ਤੁਹਾਡਾ ਭਗਤ ਗੁਰੂ ਸਿੰਘ ਜੀ ਦੀ ਗੱਲ ਸੁਣਾਉਣ ਲਈ, ਮੈਂ ਤੁਹਾਨੂੰ ਵੀ ਜਦੋਂ ਰਸਤੇ ਵਿੱਚੋਂ ਮੈਂ ਰੋੜਾ ਮੈਂ ਨਾਲ ਜਾ ਰਹੀ ਸੀ, ਰੋੜਾ ਚੁੱਕ ਕੇ ਅਤੇ ਇੱਕ ਪਾਸੇ ਰੱਖਿਆ, ਉੱਥੇ ਘਾਹ ਸੀ, ਮੈਨੂੰ ਕਹਿੰਦੇ ਕੀ ਕੀਤਾ ਤੂੰ ਇਹ ਪੱਥਰ ਘਾਹ ਦੇ ਉੱਤੇ ਰੱਖ ਦਿੱਤਾ, ਇਹ ਘਾਹ ਸੜ ਜਾਏਗਾ, ਚੁੱਕ ਕਿੱਥੋਂ? ਤੋ ਜਿਸ ਨੂੰ ਇੱਕ ਬਲੇਡ, ਇੱਕ ਗਰਾਸ ਦੇ ਬਲੇਡ ਦਾ ਫਿਕਰ ਹੈ ਉਹ ਨੈਸ਼ਨਲਿਜ਼ਮ, ਜਿਹਨੂੰ ਇਹ ਫਿਕਰ ਹੈ ਸਾਡੇ ਦੇਸ਼ ਦੀ ਬਿਜਲੀ ਸਾਡੇ ਹੁਣ ਸੀ ਵਿੱਚ ਕੀ ਹੈ, ਇਹ ਸਰਕਾਰੀ ਹੈ, ਕੋਈ ਗੱਲ ਨਹੀਂ ਚੱਲਣਗੇ। ਵੱਡੇ ਵੱਡੇ ਅਫਸਰ ਆਪਣੇ ਦਫ਼ਤਰਾਂ 'ਚ ਏਸੀ ਚਲਾ ਕੇ ਆਹ ਬਾਹਰ ਘੁੰਮਦੇ ਫਿਰਦੇ ਰਹਿੰਦੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ। ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਦਫ਼ਤਰ ਜਾ ਕੇ ਦੇਖੋ, ਪਰਦੇ ਟੰਗ ਲੈਂਦੇ ਆ ਅਤੇ ਬਿਜਲੀਆਂ 10-10, 12-12 ਟਿਊਬਾਂ ਚੱਲਦੀਆਂ ਰਹਿੰਦੀਆਂ। ਭਗਤ ਪੂਰਨ ਸਿੰਘ ਜੀ ਨੇ ਜਾਣਾ, ਚਾਹੇ ਚੀਫ ਮਿਨਿਸਟਰ ਨੂੰ ਮਿਲਣ ਜਾਣ, ਜਾਂਦੇ ਹੀ ਸਵਿੱਚ ਬੋਰਡ 'ਤੇ ਲਾਈਟਾਂ ਬੰਦ ਕਰਨੀਆਂ, ਜਿਹੜੇ ਪਰਦੇ ਪਰਾਂ ਕਰੋ, ਕੁਦਰਤੀ ਰੋਸ਼ਨੀ ਆਉਣ ਦਿਓ, ਵੈਲਿਊ ਵੇਸਟਿੰਗ ਇਲੈਕਟ੍ਰੀਸਿਟੀ, ਖੇਤਾਂ ਨੂੰ ਜ਼ਰੂਰੀ ਹੈ ਬਿਜਲੀ। ਇਹ ਸਾਰੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਨੇ ਤੁਹਾਡੇ ਸਿੱਖਣ ਵਾਲੀਆਂ, ਅਤੇ ਸਾਨੂੰ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਨਾ, ਪਰ ਜ਼ਰੂਰੀ ਨਹੀਂ ਕਿ ਅਸੀਂ ਜਾ ਕੇ ਜੰਗੇ ਮੈਦਾਨ ਦੇ ਵਿੱਚ ਲੜਨਾ। ਜਿਹੜੀਆਂ ਜੰਗਾਂ ਨੇ ਉਹ ਨੁਕਸਾਨ ਹੀ ਕਰਦੀਆਂ, ਉਹਦਾ ਕਦੇ ਕੋਈ ਫਾਇਦਾ ਨਹੀਂ ਹੋਇਆ ਅੱਜ ਤੱਕ। ਅਤੇ ਹੁਣ ਅਸੀਂ ਬੀਬੀ ਜੀ ਨਾਲ ਉਹਨਾਂ ਦੀ ਪ੍ਰੈਸ ਜਿਹੜੀ ਕਿ ਮਾਨਾਵਾਲਾ ਬ੍ਰਾਂਚ ਦੇ ਵਿੱਚ ਹੀ ਹੈ, ਉੱਥੇ ਪਹੁੰਚ ਗਏ ਹਾਂ, ਅਤੇ ਉਹਨਾਂ ਨੇ ਸਾਨੂੰ ਇਹ ਸਾਰਾ ਇੱਥੇ ਦਾ ਸੈਟਅਪ ਦਿਖਾਇਆ। ਅਤੇ ਭਗਤ ਪੂਰਨ ਸਿੰਘ ਜੀ ਜਿਹੜੀ ਇੱਕ ਮਸ਼ੀਨ ਆਪਣੇ ਛਾਪੇਖਾਨੇ 'ਚ ਵਰਤੀ ਸੀ, ਜੋ ਤੁਸੀਂ ਇਸ ਵਕਤ ਸਕਰੀਨ 'ਤੇ ਦੇਖ ਰਹੇ ਹੋ, ਇਹ ਉਹੀ ਮਸ਼ੀਨ ਹੈ, ਅਤੇ ਅੱਜ ਵੀ ਉਸੇ ਵਿਰਾਸਤ ਨੂੰ ਇਹਨਾਂ ਨੇ ਕਾਇਮ ਕੀਤਾ। ਕੱਟੀ ਜਾਂਦੀ ਨਾ, ਥੋੜ੍ਹਾ ਹਿੱਸਾ ਰਹਿ ਜਾਂਦਾ ਉਹਦੇ ਨਾਲ, ਫਿਰ ਜੋੜਨਾ ਉਹਨੂੰ ਸਟੰਪ ਕਹਿੰਦੇ ਆ, ਅਤੇ ਉਹ ਸਟੰਪ ਨੂੰ ਨਾਲ ਇਹਨੂੰ ਜੋੜਨਾ ਬਣਾਵਟੀ ਲੱਤ ਨੂੰ ਔਖਾ, ਕਹਿ ਦਿੰਦਾ ਬੰਨੋ, ਫਿਰ ਅਸੀਂ ਇੱਥੋਂ ਬਣ ਲੱਕ ਦੇ ਨਾਲ ਬੈਲਟ ਲਾਉਣੀ ਪੈਂਦੀ ਆ। ਇਹ ਬੱਚਾ ਪੈਦਾ ਹੀ ਇੱਦਾਂ ਹੀ ਹੋਇਆ ਵੀ ਹੈ, ਕਿਸੇ ਦੀ ਬਾਂਹ ਵੀ ਨਹੀਂ ਸੀ, ਲੱਤ ਵੀ ਨਹੀਂ ਸੀ, ਇੱਥੇ ਪੈਰ ਬਣਾਉਂਦੇ ਹਾਂ ਅਸੀਂ ਪਹਿਲਾਂ ਅਸੀਂ। ਅਤੇ ਯੰਗ ਬੰਦਿਆਂ ਦੇ ਲਈ ਦੀ ਹੈ, ਮਤਲਬ ਹੱਡੀ ਦਾ ਕੰਮ ਕਰਦੀ ਹੈ ਰੌਡ ਦੀ, ਅਤੇ ਜਿਹੜੇ ਦੂਜੇ ਨੇ ਉਹ ਓਲਡ ਏਜ ਦੇ ਲਾ ਦੇਈਦੇ ਆ ਵੀ ਉਹਨਾਂ ਨੂੰ ਇੰਨੀ ਲੋੜ ਨਹੀਂ ਹੁੰਦੀ। ਇਹ ਲੰਬਰ ਸਪਾਈਨ ਦੇ ਕਿਸੇ ਦਾ ਬੈਕ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ, ਜਿਹੜੀ ਤੁਸੀਂ ਹੁਣ ਬ੍ਰਾਂਚ ਦੇਖੀ ਹੈ, ਇੱਥੇ ਡੁਪਲੀਕੇਟ ਜਿਹੜੇ ਆਪਾਂ ਕਹੀਏ ਮਾਨਵ ਅੰਗ ਤਿਆਰ ਕੀਤੇ ਜਾਂਦੇ ਨੇ।
ਦਰਸ਼ਕੋ, ਤੁਸੀਂ ਬੀਬੀ ਜੀ ਦੀ ਲਾਈਫ ਦੇ 2 ਦਿਨ ਤੁਸੀਂ ਦੇਖੇ, ਅਸੀਂ ਬੀਬੀ ਜੀ ਦੇ ਨਾਲ ਰਹੇ, ਕਿ ਉਹ ਆਪਣੇ ਜਿਹੜੇ ਹੈਗੇ ਆ ਕਿਵੇਂ ਦਿਨਚਰਿਆ ਉਹਨਾਂ ਦੀ ਹੁੰਦੀ ਹੈ, ਕਿਵੇਂ ਮਿਲਦੇ ਨੇ, ਕਿਵੇਂ ਸਮਾਜਿਕ ਜਿਹੜੇ ਸਮਾਗਮ ਨੇ ਉੱਥੇ ਜਾਂਦੇ ਨੇ, ਜਿਹੜਾ ਹੈਗਾ ਸੰਸਥਾ ਦਾ ਕੰਮ ਹੈ ਉਹ ਦੇਖ ਰੇਖ ਕਰਦੇ ਨੇ ਸਾਰਾ ਤੁਸੀਂ ਦੇਖਿਆ, ਅਤੇ ਉਹ ਅਸੀਂ ਲਾਸਟ 'ਚ ਚਾਹਵਾਂਗੇ ਕਿ ਬੀਬੀ ਜੀ ਵੱਲੋਂ ਜਿਹੜਾ ਹੈਗਾ ਸਮਾਜ ਲਈ ਕੀ ਸੰਦੇਸ਼ ਜਾਏ, ਬੀਬੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਮਾਜ ਨੂੰ? ਕੀ ਕਹਿਣਾ ਚਾਹੁੰਦੇ ਸਮਾਜ ਨੂੰ, ਕੀ ਸੰਦੇਸ਼ ਦੇਣਾ ਚਾਹੁੰਦੇ ਸਮਾਜ? ਸਮਾਜ ਦੇਖੋ, ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਆ ਰਿਹਾ, ਅਤੇ ਗੁਰੂ ਨਾਨਕ ਪਾਤਸ਼ਾਹ ਤੋਂ ਜਿਹੜੀ ਸਿੱਖਿਆ ਉਸ ਤੋਂ ਵੱਡੀ ਤਾਂ ਕੋਈ ਸਿੱਖਿਆ ਹੈ ਨਹੀਂ ਸੰਸਾਰ ਦੇ ਵਿੱਚ, ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਦੇ ਉੱਤੇ ਚੱਲਣਾ ਚਾਹੀਦਾ, ਚਾਹੇ ਉਹ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਹੈ, ਚਾਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਚਾਹੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਾ, ਇਹ ਜਿਹੜੇ ਉਹਨਾਂ ਦੇ ਅਸੀਂ ਇਹਨੂੰ ਸਲੋਕਾਂ ਵਾਂਗੂ ਪੜ੍ਹ ਛੱਡਦੇ ਹਾਂ, ਪਰ ਅਸੀਂ ਨਾ ਕਦੇ ਪਵਨ ਨੂੰ ਗੁਰੂ ਸਮਝਿਆ, ਨਾ ਪਾਣੀ ਨੂੰ ਪਿਤਾ, ਨਾ ਧਰਤੀ ਨੂੰ ਮਾਤਾ, ਸਾਨੂੰ ਉਹਨਾਂ ਦੀਆਂ ਜਿਹੜਾ ਉਹਨਾਂ ਦੀਆਂ ਉਪਦੇਸ਼ ਨੇ ਉਹਨਾਂ ਨੂੰ ਅਮਲੀ ਰੂਪ ਦੇਣਾ ਬਹੁਤ ਜ਼ਰੂਰੀ ਹੈਗਾ, ਅਮਲੀ ਰੂਪ ਦੇਣਾ ਚਾਹੀਦਾ ਸਾਨੂੰ। ਬੀਬੀ ਜੀ, ਇੱਕ ਜਿਹੜਾ ਅੱਜ ਜਿਹੜਾ ਇੱਕ ਪ੍ਰਵਾਸ ਜਿਹੜਾ ਸ਼ੁਰੂ ਹੋਇਆ ਬਹੁਤ ਤੇਜ਼ੀ ਦੇ ਨਾਲ ਹੈ, ਇਹਦੇ ਬਾਰੇ ਵੀ ਅਸੀਂ ਚਾਹਾਂਗੇ ਤੁਸੀਂ, ਤੁਹਾਡਾ ਆਪਦੇ ਕੀ ਵਿਚਾਰ ਨੇ, ਜਿਹੜੇ ਬੱਚੇ ਇੱਥੋਂ ਲਗਾਤਾਰ +2 ਜਾਂ ਗ੍ਰੈਜੂਏਸ਼ਨ ਕਰਕੇ ਬਾਹਰ ਮੂਵ ਕਰ ਰਹੇ ਨੇ, ਤਾਂ ਇੱਥੇ ਦੀ ਜਿਹੜੀਆਂ ਵਿੱਦਿਅਕ ਸੰਸਥਾਵਾਂ ਨੇ ਉਹ ਖਾਲੀ ਹੋ ਰਹੇ ਨੇ, ਤੁਹਾਡਾ ਪਰਸਨਲ ਇਹਦੇ ਬਾਰੇ ਕੀ ਰਾਏ ਹੈਗੀ? ਇੱਥੇ ਐਜੂਕੇਸ਼ਨ ਇੰਸਟੀਟਿਊਸ਼ਨ ਖਾਲੀ ਹੋ ਰਹੇ ਨੇ ਅਤੇ ਬਾਹਰ ਜਾ ਰਹੇ ਲੋਕ, ਇਹ ਇੱਕ ਕਿਸਮ ਦਾ 2 ਪਾਸੇ ਪ੍ਰੋਬਲਮ ਹੈ। ਇੱਕ ਤਾਂ ਸਾਡੇ ਇੰਡੀਆ ਦੇ ਵਿੱਚ ਜਿਹੜਾ ਇਹਨਾਂ ਦਾ ਭਾਰਤ ਵਰਸ਼ ਨੇ ਆਪਣੇ ਬੱਚਿਆਂ ਬਾਰੇ ਕੁਛ ਨਹੀਂ ਸੋਚਿਆ, ਵੀ ਇਹਨਾਂ ਨੂੰ ਨਾ ਤਾਂ ਨੈਤਿਕ ਕਦਰਾਂ ਕੀਮਤਾਂ ਸਿਖਾਈਆਂ ਸਕੂਲਾਂ ਦੇ ਵਿੱਚ, ਨਹੀਂ ਕਾਲਜਾਂ ਦੇ ਵਿੱਚ ਵੀ ਨਹੀਂ ਸਿਖਾਈਆਂ, ਵੀ ਜਿਹੜੀਆਂ ਸਾਡੇ ਸੱਭਿਆਚਾਰ ਹੈ ਪੰਜਾਬ ਦਾ, ਭਾਰਤ ਵਰਸ਼ ਦਾ, ਉਹ ਬਹੁਤ ਵਧੀਆ ਸੀ। ਬਜ਼ੁਰਗਾਂ ਦੀ ਇੱਜ਼ਤ ਕਰਨੀ, ਗੁਆਂਢੀਆਂ ਦਾ ਵੀ ਫਿਕਰ ਕਰਨਾ, ਸਾਰਿਆਂ ਨਾਲ ਰਲ ਮਿਲ ਕੇ ਰਹਿਣਾ, ਉਹ ਜਿਹੜੀਆਂ ਸਾਡੇ 'ਚ ਗੁਣ ਸੀ ਨਾ, ਉਹ ਅਲੋਪ ਹੋ ਗਏ। ਅਸੀਂ ਹੁਣ ਆਪੋ ਧਾਪੀ ਪੈ ਗਈ ਹੈ, ਸਾਨੂੰ ਆਪਣੇ ਬਾਰੇ ਫਿਕਰ ਹੈ, ਅਤੇ ਜਿਹੜੀ ਸਰਕਾਰਾਂ ਨੇ ਉਹ ਵੀ ਨਹੀਂ ਸੋਚਦੀਆਂ, ਵੀ ਨੈਤਿਕ ਕਦਰਾਂ ਕੀਮਤਾਂ ਦੇਣੀਆਂ ਵੀ ਜ਼ਰੂਰੀ ਸਨ, ਅਤੇ ਇਹਨਾਂ ਨੂੰ ਕੰਮ ਦੇਣਾ ਵੀ ਜ਼ਰੂਰੀ ਸੀਗਾ। ਸਾਡੀ ਸਮੱਸਿਆ ਕਿ ਅਸੀਂ ਇੱਥੇ ਜਿਹੜੀਆਂ ਛੋਟੇ ਧੰਦੇ ਸੀ, ਜਿਹਨੂੰ ਸਮਾਲ ਸਕੇਲ ਇੰਡਸਟਰੀਜ਼ ਕਹਿੰਦੇ ਆ, ਉਹ ਤਕਰੀਬਨ ਬੰਦ ਕਰਤੇ। ਲੁਧਿਆਣੇ 'ਚ ਹੌਜ਼ਰੀ ਸੀਗੀ, ਉਹ ਬੰਦ ਹੋ ਗਈ, ਅਤੇ ਸਾਈਕਲ ਫੈਕਟਰੀ ਸੀ, ਇਹ ਤਾਂ ਸਾਨੂੰ ਪੰਜਾਬ ਕਰਕੇ ਪਤਾ, ਬਾਕੀ ਥਾਵਾਂ 'ਤੇ ਵੀ ਇਹੀ ਹਾਲ ਹੈ। ਔਰ ਅਸੀਂ ਜਿਹੜਾ ਕਾਰਪੋਰੇਟ ਸਿਸਟਮ ਹੈ, ਜਿਹੜੇ ਵੱਡੇ ਵੱਡੇ ਕਾਰਖਾਨੇ ਨੇ, ਉਹਨਾਂ ਨੂੰ ਤਰਜੀਹ ਦੇਣ ਲੱਗ ਗਏ, ਅਤੇ ਜਿਹੜਾ ਸਾਡਾ ਆਮ ਲੋਕ ਜਿਹੜੇ ਕੰਮ ਕਰਦੇ ਸੀ ਉਹਨਾਂ ਕੋਲ ਖੋ ਹੀ ਲਿਆ, ਸਮਝ ਲਓ। ਐਡਵਰਟਾਈਜ਼ਮੈਂਟ ਦਾ ਤਰੀਕਾ ਬਹੁਤ ਗਲਤ ਹੈਗਾ, ਅਸੀਂ ਉਹਨਾਂ ਦਾ ਹੀ ਉਹਨਾਂ ਦੀ ਮਸ਼ਹੂਰੀ ਕਰਦੇ ਹਾਂ, ਜਿਹੜੀਆਂ ਕਿ ਕਾਰਖਾਨੇਦਾਰ ਬਣਾਉਂਦੇ, ਜਿਹੜੇ ਆਮ ਲੋਕ ਜਿਹੜੇ ਕੰਮ ਕਰਦੇ ਆ ਉਹਨਾਂ ਦੀਆਂ ਚੀਜ਼ਾਂ ਦੀ ਅਸੀਂ ਮਸ਼ਹੂਰੀ ਵੀ ਨਹੀਂ ਕਰਦੇ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਸਾਨੂੰ ਜਿਹੜਾ ਪਾਣੀ ਹੈ, ਮਿੱਟੀ ਦੇ ਭਾਂਡੇ ਵਰਤਣੇ ਚਾਹੀਦੇ ਆ, ਸਾਨੂੰ ਪੱਤਲਾਂ ਵਰਤਣੀਆਂ ਚਾਹੀਦੀਆਂ, ਰਾਦਰ ਅਸੀਂ ਪਲਾਸਟਿਕ ਜਿਹਾ ਵਰਤਣ ਲੱਗ ਗਏ ਜਿਹੜਾ ਕਿ ਸਿਹਤ ਵਾਸਤੇ ਖਰਾਬ ਹੈ। ਤਾਂ ਜਿਹੜਾ ਕਾਰਪੋਰੇਟ ਸਿਸਟਮ ਨੂੰ ਇੰਨੀ ਤਰਜੀਹ ਦੇ ਦਿੱਤੀ ਹੈ ਕਿ ਅਸੀਂ ਆਪਣੇ ਜਿਹੜੇ ਕੰਮ ਹੈ ਅਸੀਂ ਉਹਨਾਂ ਕੋਲ ਕੰਮ ਹੀ ਖੋਹ ਲਿਆ, ਅਤੇ ਬੱਚਿਆਂ ਕੋਲ ਜਦੋਂ ਕੰਮ ਹੀ ਨਹੀਂ ਕੋਈ ਰਿਹਾ, ਇੱਕ ਉਹਨਾਂ ਨੂੰ ਅਸੀਂ ਆਦਤ ਪਾ ਦਿੱਤੀ ਵੀ ਕੰਮ ਹੱਥੀਂ ਕੰਮ ਨਾ ਕਰਨ ਦੀ, ਇਹ ਬਹੁਤ ਵੱਡਾ ਕੰਮ ਖਰਾਬ ਹੋਇਆ ਸਾਡਾ। ਜਦੋਂ ਦਾ ਕੈਮੀਕਲ ਫਾਰਮਿੰਗ ਆਈ ਹੈ, ਰਸਾਇਣਿਕ ਖੇਤੀ ਕਰਦੇ ਹਾਂ, ਉਦੋਂ ਦੇ ਸਾਡੇ ਬਜ਼ੁਰਗ ਵੀ ਵਿਹਲੇ ਹੋ ਗਏ, ਬੱਚੇ ਵੀ ਵਿਹਲੇ ਹੋ ਗਏ। ਇਹਨਾਂ ਦਾ ਜਿਹੜਾ ਬੋਲਡਮ ਹੈ ਉਹ ਕਿਸੇ ਪਾਸੇ ਲੱਗ ਨਹੀਂ ਰਿਹਾ, ਨਾ ਇਹਨਾਂ ਨੂੰ ਕੰਮ ਮਿਲ ਰਿਹਾ, ਤਾਂ ਨਸ਼ੇ ਕਰ ਰਹੇ ਨੇ। ਫਿਰ ਅਸੀਂ ਕਰਜ਼ਾ ਦੇਣਾ ਸ਼ੁਰੂ ਕਰਤਾ, ਪਹਿਲਾਂ ਅਸੀਂ ਕੋਈ ਕਰਜ਼ਾ ਨਹੀਂ ਸੀ ਦਿੰਦੇ ਬੈਂਕ, ਆਪਣੇ ਵੱਲੋਂ ਤਾਂ ਇਹਨਾਂ ਨੇ ਭਲਾ ਸੋਚਿਆ ਵੀ ਕਰਜ਼ਾ ਦੇ ਕੇ ਕੋਈ ਕੰਮ ਕਰ ਲੈਣਗੇ, ਪਰ ਅਸਰ ਉਲਟ ਹੋਇਆ, ਉਹ ਪੈਸਾ ਮਿਸਯੂਜ਼ ਹੋ ਜਾਂਦਾ, ਗਲਤ ਥਾਵਾਂ 'ਤੇ ਵਰਤ ਲੈਂਦੇ ਆ, ਆਪਣੇ ਕੰਮ ਵਧਾਉਣ ਵਾਸਤੇ ਨਹੀਂ ਵਰਤਦੇ, ਜਿਹਦੇ ਕਰਕੇ ਖੁਦਕੁਸ਼ੀਆਂ ਕਰ ਰਹੇ। ਹੁਣ ਇਹ ਜਿਹੜੀਆਂ ਬਾਹਰ ਜਾ ਕੇ ਜੇ ਕਿਰਤ ਕਰਦੇ ਆ ਸਾਡੇ ਬੱਚੇ, ਤਾਂ ਇੱਥੇ ਕਿਉਂ ਨਹੀਂ ਕਿਰਤ ਕਰਦੇ? ਇੱਥੇ ਕਿਰਤ ਕਰਨ ਘਾਟਾ ਕੋਈ ਨਹੀਂ ਹੈ ਸਾਡੇ, ਜਿੰਨੇ ਸਾਡੇ ਕੋਲ ਕੁਦਰਤੀ ਸੋਮੇ ਭਾਰਤ ਵਰਸ਼ 'ਚ ਨੇ, ਇੰਨੇ ਕਿਤੇ ਹੈ ਹੀ ਨਹੀਂ, ਜਿੰਨੀਆਂ ਫਸਲਾਂ ਇੱਥੇ ਹੁੰਦੀਆਂ ਬਾਹਰ ਹੈ ਹੀ ਨਹੀਂ। ਸਾਡੇ ਬੱਚੇ ਨਾ ਗੰਨੇ ਦਾ ਘੁਲਾੜ ਲਾਉਂਦੇ ਆ, ਨਾ ਗੁੜ ਕੱਢਦੇ ਆ, ਨਾ ਕੁਛ ਕਰਦੇ ਆ। ਹੁਣ ਸ਼ੁਕਰ ਹੈ ਵੀ ਥੋੜ੍ਹਾ ਜਿਹਾ ਮੋੜ ਪਿਆ, ਇਸ ਕਰਕੇ। ਅਤੇ ਐਜੂਕੇਸ਼ਨ ਜਿਹੜੀ ਸਾਡੀ ਵਿੱਦਿਆ ਉਹ ਬਹੁਤ ਗਲਤ ਹੈਗੀ ਹੈ, ਸਾਨੂੰ ਹੱਥੀਂ ਕੰਮ ਉੱਥੇ ਵੀ ਕਰਨਾ ਨਹੀਂ ਸਿਖਾਉਂਦੇ, ਪ੍ਰੈਕਟੀਕਲ ਟ੍ਰੇਨਿੰਗ ਕੋਈ ਨਹੀਂ ਦਿੱਤੀ ਜਾਂਦੀ, ਨਾ ਇੰਜੀਨੀਅਰਿੰਗ ਕਾਲਜ, ਨਾ ਨਰਸਿੰਗ ਕਾਲਜ, ਨਾ ਮੈਡੀਕਲ ਕਾਲਜ ਦੇ ਵਿੱਚ, ਸਿਰਫ ਕਿਤਾਬਾਂ ਹੀ ਪੜ੍ਹਾਈਆਂ ਜਾਂਦੀਆਂ, ਸਿਲੇਬਸ ਹੀ ਪੜ੍ਹਾਇਆ ਜਾਂਦਾ, ਉਹਦੇ ਨਾਲ ਕੰਮ ਕਰਨਾ ਆਉਂਦਾ ਨਹੀਂ ਹੈਗਾ, ਪੜ੍ਹਿਆ ਪੜ੍ਹਾਇਆ ਭੁੱਲ ਭੱਲ ਜਾਂਦਾ, ਅਤੇ ਬਾਹਰ ਉਹਦੀ ਕਦਰ ਕੋਈ ਨਹੀਂ ਹੈਗੀ। ਇੱਥੋਂ ਇੰਜੀਨੀਅਰ ਚੱਲ ਜਾਏ ਉਹਦੀ ਕਦਰ ਨਹੀਂ, ਡਾਕਟਰ ਚਲਾ ਜਾਏ ਉਹਦੀ ਕਦਰ ਨਹੀਂ, ਉੱਥੇ ਦੁਬਾਰਾ ਫਿਰ ਇਮਤਿਹਾਨ ਦੇਣੇ ਪੈਂਦੇ ਆ।
ਤਾਂ ਇਹ ਜਿਹੜਾ ਸਾਡੇ ਪਾਸੇ ਜਿਹੜੀਆਂ ਸਾਡੇ ਕਈ ਖਾਮੀਆਂ ਨੇ ਸਾਡੇ ਸਿਸਟਮ ਦੇ ਵਿੱਚ, ਇਹ ਦੂਰ ਹੋਣੀਆਂ ਚਾਹੀਦੀਆਂ ਤਾਂ ਕਿ ਸਾਡੇ ਬੱਚੇ ਬਾਹਰ ਨਾ ਜਾਣ। ਬਾਹਰ ਜਾ ਕੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋਣਾ, ਕਿਉਂਕਿ 12 ਪਾਸ ਕਰਕੇ ਜਾਣ ਲੱਗ ਗਏ, ਉਦੋਂ ਬੱਚੇ ਨੂੰ ਅਕਲ ਨਹੀਂ ਹੁੰਦੀ, ਉਮਰ ਛੋਟੀ ਹੁੰਦੀ ਹੈ, ਪੈਸਾ ਉੱਥੇ ਚਾਹੀਦਾ ਹੁੰਦਾ ਰੋਟੀ ਰੋਟੀ ਖਾਣ ਨੂੰ, ਉਹਦੇ ਜਿਹੜੇ ਰੋਜ਼ ਦੇ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਪੈਸਾ ਚਾਹੀਦਾ ਹੁੰਦਾ। ਉਹਦੇ ਲਈ ਫਿਰ ਉਹ ਗਲਤ ਕੰਮਾਂ 'ਚ ਪੈ ਜਾਂਦਾ, ਕੁੜੀਆਂ ਵੀ ਗਲਤ ਕੰਮਾਂ 'ਚ ਪੈ ਰਹੀਆਂ, ਮੁੰਡੇ ਵੀ ਗਲਤ ਕੰਮਾਂ 'ਚ ਪੈ ਰਹੇ ਨੇ, ਬਹੁਤ ਮਤਲਬ ਇੰਨਾ ਨੁਕਸਾਨ ਹੋਣਾ। ਅਰੇ ਦੂਜਾ, ਬੁੱਢਿਆਂ ਨੂੰ ਇੱਥੇ ਕਿਸੇ ਪੁੱਛਣਾ ਹੀ ਨਹੀਂ, ਬੱਚੇ ਬਾਹਰ ਚਲੇ ਜਾਣੇ, ਬਜ਼ੁਰਗਾਂ ਦਾ ਬਾਹਰ ਜੀ ਨਹੀਂ ਲੱਗਦਾ, ਇੱਥੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਤਾਂ ਬਹੁਤ ਕੰਮ ਖਰਾਬ ਹੋਣ ਵਾਲਾ ਸਾਡੇ ਕੋਲ। ਕਈ ਲੋਕ ਆ ਜਾਂਦੇ ਆ, ਵੀ ਇੱਕ ਜਨਾਨੀ ਆ ਗਈ, ਕਹਿੰਦੇ ਮੇਰਾ ਪਿਓ ਬਿਮਾਰ ਆ, ਅਸੀਂ ਫੌਰਨ ਜਾਣਾ, ਤੁਸੀਂ ਉਹਨੂੰ ਦਾਖਲ ਕਰ ਲਓ ਇੱਥੇ। ਤੂੰ ਬੜੀ ਅਜੀਬ ਗੱਲ ਹੈ, ਜੇ ਪਿਓ ਨੂੰ ਛੱਡ ਕੇ ਬਾਹਰ ਜਾ ਰਹੇ ਹੋ, ਅਸੀਂ ਵਾਰਸਾਂ ਵਾਲਿਆਂ ਨੂੰ ਦਾਖਲ ਨਹੀਂ ਕਰਦੇ, ਅਸੀਂ ਆਪਣੇ ਪਿਤਾ ਦੀ ਇੱਥੇ ਰਹਿ ਕੇ ਸੇਵਾ ਕਰੋ। ਅਤੇ ਮੇਰਾ ਪਤੀ ਕਹਿੰਦਾ ਮੈਨੂੰ ਉਹਦੇ ਪਿੱਛੇ ਜਾਣਾ ਹੀ ਪਊਗਾ, ਅਤੇ ਇਹ ਸਾਡੇ ਨਾਲ ਲੜ ਲੁੜ ਕੇ ਤੁਰ ਗਈ ਇੱਥੋਂ। ਇਹ ਮੈਨੂੰ ਲੱਗਿਆ ਵੀ ਇੱਕ ਨਹੀਂ ਹੈ, ਇਹੋ ਜਿਹੀਆਂ ਬਹੁਤ ਗੱਲਾਂ ਹੋਣੀਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਮੈਨੂੰ ਲੱਗਦਾ ਬਹੁਤ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੇ ਦੇਸ਼ ਦਾ, ਸਾਡੇ ਭਵਿੱਖ ਦਾ, ਸਾਡੇ ਬੱਚਿਆਂ ਦੇ ਭਵਿੱਖ ਦਾ ਬਹੁਤ ਵੱਡਾ ਨੁਕਸਾਨ ਹੋਣਾ। ਸੋ ਦਰਸ਼ਕੋ, ਤੁਸੀਂ 2 ਦਿਨ ਬੀਬੀ ਜੀ ਦੇ ਦੇਖੇ, ਬੀਬੀ ਜੀ ਦੇ ਵਿਚਾਰ ਵੀ ਸੁਣੇ, ਇਹਨਾਂ ਦੇ ਲਾਈਫ ਸਟਾਈਲ ਵੀ ਦੇਖਿਆ। ਸੋ ਤੁਹਾਡੇ ਆਪਣੇ ਕੀ ਵਿਊਜ਼ ਨੇ ਉਹ ਸਾਨੂੰ ਤੁਸੀਂ ਈਮੇਲ ਜ਼ਰੂਰ ਕਰਿਓ, ਜਾਂ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਹੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਨੇ ਸਮਾਜ ਦੇ ਵਿੱਚ, ਸਮਾਜ ਨੂੰ ਸੇਧ ਦਿੰਦੀਆਂ ਨੇ, ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਤੁਹਾਨੂੰ ਸ਼ੇਅਰ ਕਰਨਾ ਚਾਹੀਦਾ ਆਪਣੇ ਜਿਹੜੇ ਸੋਸ਼ਲ ਨੈਟਵਰਕਿੰਗ ਪਲੇਟਫਾਰਮਸ ਤੋਂ। ਸੋ ਅਸੀਂ ਇਹੀ ਰਿਕੁਐਸਟ ਕਰਾਂਗੇ ਸਾਰੇ ਵਿਊਅਰਸ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਐਂਡ ਥੈਂਕਸ ਫੋਰ ਵਾਚਿੰਗ ਪੀਪਲਸ ਵੋਇਸ ਟੀਵੀ।